अमृतसर तो एक अजिहा मामला सामने जिसनु सुन के तुसी हैरान हो जाओगे। चोरा वालों हमेशा किसी घर जा किसी दुकान नु निशाना बनाया जाता है, पर रात वेले एक सरकारी RTO दफ्तर नु निशाना बनाया गया जिथे की उन्हां वालों दफ्तर विच AC अते वायरिंग दी तारा चोरी करके लै गए, जिस कारण दफ्तर विच बिजली नहीं आ रही। जेहड़े लोग इत्थे पहुंचे ने उन्हां नु भी बहुत परेशानी दा सामना करना पै रहा है। लोकां दा भी कहना है की सरकारी दफ्तर ही विच चोरी होण लग जावे ते आम लोकां दा की होवेगा। दफ्तर विच चोरी हो जाण कारण दफ्तर विच सारा काम बंद कर दिता गया है ते लोग खजल खराब हो रहे ने। अते गर्मी पै रही है पर फिर लोग इत्थे अपना काम करवाउण लई इत्थे पहुंच रहे हन, पर लोकां नूं इत्थे आके होर कुछ देखण नूं मिल रहा है। पुलिस अधिकारी नाल भी गलबात कीती ते उन्हां ने दस्सिया कि रात वेले इत्थे चोरां वल्लों बिजली दीआं तारां ते AC चोरी करके चले गए ने, जिस करके काम बंद कीता गया है। ब्यूरो रिपोर्ट HSN न्यूज़। चोरी सर एक तो मेन सप्लाई आ जिथों तो सारी दफ्तर की मेन सप्लाई बिजली की जाती पई आ, ते दूजा रूम नंबर 14 वा साडा जिथे कमरे की वायरिंग सारी ला ली आ। इतों मेन सप्लाई की पट्टी है जिथे कॉपर दी तारां सीगियां, उत्थों एक AC इन्हां ने तारिया वा, चोरां ने AC तार के उहदे विचों कॉपर का समान जो विकण वाला सी उह कढ लिया, ते बाकी जो ना विकण वाला समान सी उह अंदर ही सुट गया। मेन जिहड़ी हैगी आ साडी इह वायरिंग पट्टी गई आ जिहड़ी मेन सप्लाई जांदी आ। ਕੱਲੀ ਵਾਇਰਿੰਗ ਤੇ AC ਦਾ ਸਮਾਨ ਹੀ ਚੱਕਿਆ ਗਿਆ, ਹੋਰ ਵੀ ਕੋਈ ਨਹੀਂ? ਹੋਰ ਕੁਛ ਨਹੀਂ, ਸਿਰਫ ਵਾਇਰ ਵੱਢੀ ਗਈ ਹੈ। ਇਹ ਵਾਇਰ ਵੱਢੀ ਗਈ, ਇੱਕ ਮੋਟਰ ਸਾਡੀ ਜਾਂਦੀ ਸੀਗੀ, ਮੋਟਰ ਦੀ ਵਾਇਰਿੰਗ ਵੱਢੀ ਗਈ ਆ। ਸਿਰਫ ਜਿਹੜੀ ਕਾਪਰ ਦੀ ਵਾਇਰਿੰਗ ਸੀਗੀ ਉਹ ਚੋਰੀ ਕੀਤੀ ਗਈ ਆ। ਲੱਗਦਾ ਨਹੀਂ ਕੋਈ ਚੋਰ ਇੱਥੋਂ ਦਾ ਭੇਤੀ ਸੀਗਾ, ਕਿਹਨੂੰ ਸਾਰਾ ਕੁਛ ਪਤਾ ਸੀਗਾ ਤੇ ਉਹ ਕੰਮ? ਇਹ ਤੇ ਇੱਕ ਦੋ ਵਾਰ ਪਹਿਲਾਂ ਵੀ ਐਕਚੁਅਲੀ ਇੱਕ ਦੋ ਵਾਰ ਪਹਿਲਾਂ ਕਾਫੀ ਟਾਈਮ ਪਹਿਲਾਂ ਚੋਰੀ ਹੋਈ ਸੀ, ਪਰ ਇੰਨੀ ਜ਼ਿਆਦਾ ਉਦੋਂ ਨਹੀਂ ਵੱਡੀ ਚੋਰੀ ਹੋਈ ਸੀ ਜਿੰਨੀ ਇਸ ਵਾਰ ਹੋਈ ਆ। ਉਦੋਂ ਛੋਟੀ ਮੋਟੀ ਚੋਰੀ ਹੋਈ ਸੀ, ਇੱਕ ਅੱਧੀ ਤਾਰ ਵੱਢ ਲਈ, ਪਰ ਇਸ ਵਾਰ ਸਾਰੀ ਸਪਲਾਈ ਮੇਨ ਵੱਢੀ ਗਈ ਆ। ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਮੌਜੂਦ ਹੁੰਦਾ? ਨਹੀਂ, ਰਾਤ ਨੂੰ ਕੋਈ ਸਾਹਿਬ ਵੱਲੋਂ ਵੀ ਅੱਗੇ ST ਸਾਹਿਬ ਨੂੰ ਬੇਨਤੀ ਕੀਤੀ ਗਈ ਇਸ ਬਾਰੇ। ਉਹਨਾਂ ਵੱਲੋਂ ਹੁਣ ਵਿਸ਼ਵਾਸ ਦਵਾਇਆ ਕਿ ਜਲਦੀ ਦੋ ਸਿਕਿਉਰਿਟੀ ਗਾਰਡ ਰਾਤ ਲਈ ਸਾਨੂੰ ਭੇਜ ਦਿੱਤੇ ਜਾਣਗੇ, ਕਿਉਂਕਿ ਦਿਨ ਦੇ ਵਿੱਚ ਸਾਡੇ ਕੋਲ ਸਿਕਿਉਰਿਟੀ ਗਾਰਡ ਆਲਰੇਡੀ ਹੈਗੇ ਆ, ਦੋ ਪਾਸਕੋ ਵਾਲੇ ਡਿਊਟੀ ਕਰਦੇ ਪਏ ਨੇ। ਰਾਤ ਵਾਲੇ ਸਾਨੂੰ ਦੋ ਸਿਕਿਉਰਿਟੀ ਗਾਰਡਾਂ ਦੀ ਜ਼ਰੂਰਤ ਹੈ, ਉਹ ਰਿਕੁਆਇਰਮੈਂਟ ਉਹ ਕਹਿੰਦੇ ਜਲਦ ਤੋਂ ਜਲਦ ਪੂਰੀ ਹੋ ਜਾਏਗੀ। ਤੁਸੀਂ ਇਸ ਬਾਰੇ ਹੁਣ ਕੰਪਲੇਂਟ ਕੀਤੀ? ਮੈਂ ਇਸ ਬਾਰੇ ਲਿਖਤੀ ਰੂਪ 'ਚ RTO ਸਾਹਿਬ ਨੂੰ ਲਿਖ ਕੇ ਦੇ ਗਿਆ ਜੀ। RTO ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਮੈਂ ST ਸਾਹਿਬ ਤੇ CP ਸਾਹਿਬ ਨਾਲ ਗੱਲ ਕਰਕੇ ਇਹਨੂੰ ਸੌਟ ਆਊਟ ਕਰਵਾਉਂਗਾ। ਤੇ ਅੱਜ ਕਿੰਨਾ ਦੇ ਲਾਇਸੈਂਸ ਦਾ ਹੈਗਾ ਸੀਗਾ, ਉਹਨਾਂ ਨੂੰ ਵਾਪਸ ਜਾਣਾ ਪਿਆ? ਉਹਨਾਂ ਨੂੰ ਵਾਪਸ ਜਾਣਾ ਪਿਆ, ਉਹਨਾਂ ਦੀ ਐਪਲੀਕੇਸ਼ਨਾਂ ਸਾਰੀਆਂ ਅਸੀਂ ਨੋਟ ਕਰ ਲਈਆਂ, ਜਿੰਨੇ ਵੀ ਪਬਲਿਕ ਦੇ ਬੰਦੇ ਆਏ ਸੀਗੇ ਉਹਨਾਂ ਨੂੰ ਰੀਸ਼ਡਿਊਲ ਕਰਕੇ ਅਗਲੇ ਹਫ਼ਤੇ ਦੇ ਵਿੱਚ ਮੈਸੇਜ ਚਲੇ ਜਾਣਗੇ ਤੇ ਉਹ ਦੁਬਾਰਾ ਆ ਕੇ ਆਪਦਾ ਕੰਮ ਕਰਵਾ ਸਕਣਗੇ। ਤੇ ਕਿਹੜਾ ਸਟਾਫ ਸੀਗਾ ਇੱਥੋਂ ਚੱਲ ਗਿਆ ਜੀ? ਨਹੀਂ, ਸਟਾਫ ਸਾਰਾ ਇੱਥੇ ਆ, ਹੁਣ ਦੂਜੇ ਦਫ਼ਤਰ ਚਲੇ ਗਏ ਨੇ ਕਿਉਂਕਿ ਉੱਧਰ ਛੋਟੇ ਮੋਟੇ ਕੰਮ ਸੀਗੇ, ਇੱਕ ਦੋ ਕੰਮਾਂ ਲਈ BS4 ਦੀ ਇਨਕੁਆਇਰੀ ਆ ਕਿਸ ਰਿਗਾਰਡਿੰਗ ਕੰਮ ਕਰਦੇ ਨੇ, ਫਿਰ ਉੱਧਰ ਪਏ ਤਾਂ ਕਿਉਂਕਿ ਇੱਧਰ ਕੋਈ ਕੰਮ ਹੋਣਾ ਨਹੀਂ ਸੀਗਾ। ਇੱਧਰ ਜਦ ਤੱਕ ਰਿਪੇਅਰ ਨਹੀਂ ਹੁੰਦੀ ਉਨਾਂ ਚਿਰ ਆਪਾਂ ਕੋਈ ਕੰਮ ਕਰ ਨਹੀਂ ਸਕਦੇ। ਕਿੰਨਾ ਟਾਈਮ ਲੱਗੇਗਾ ਜੀ ਇੱਥੇ ਰਿਪੇਅਰ? ਇਹ ਸਰ ਮੇਬੀ ਸ਼ਾਮ ਤੱਕ ਦਾ ਇਹ ਵਾਲਾ ਪੋਰਸ਼ਨ ਹੈਗਾ ਜਿਹੜਾ ਪਰਮਾਨੈਂਟ ਲਾਇਸੈਂਸ ਵਾਲਾ ਉਹ ਚੱਲ ਜਾਏਗਾ ਅੱਜ ਈਵਨਿੰਗ ਤੱਕ। ਜਿਹੜਾ ਦੂਜਾ 14 ਨੰਬਰ ਰੂਮ ਜਿੱਥੇ AC ਲਾਇਆ ਉੱਥੇ ਦੀ ਹੈਗੀ ਆ ਸਾਰੀ ਵਾਇਰਿੰਗ ਪੁੱਟੀ ਗਈ, ਉਹਦੇ ਲਈ ਥੋੜਾ ਜਿਹਾ ਸ਼ਾਇਦ ਇੱਕ ਦਿਨ ਲੱਗ ਜਾਏਗਾ ਕਿ ਉਹਦੀ ਸਾਰੀ ਵਾਇਰਿੰਗ ਦੁਬਾਰਾ ਆਪਾਂ ਨੂੰ ਕਰਵਾਉਣੀ ਪਈ। ਫਿਲਹਾਲ ਅਸੀਂ ਇਹ ਵਾਲਾ ਪੋਰਸ਼ਨ ਕਹਿੰਦੇ ਵੀ ਇਹ ਵਾਲਾ ਚੱਲ ਕੇ ਕੱਲ੍ਹ ਨੂੰ ਪਬਲਿਕ ਦਾ ਆਪਾਂ ਕੰਮ ਕਰਦੇ ਹੋਈਏ।